हाँ जी सत श्री अकाल दोस्तों, स्वागत है तुहाडा एक बार फिर तो पंजाब न्यूज़ चैनल दे विच। ते हाजिर होए हां जी अज दोपहर दीआं ताज़ा वर्दियां खबरां लैके। कृपा करके जिन्हां ने चैनल नूं सबसक्राइब नहीं कीता सबसक्राइब जरूर कर लिओ जी। ते जे साडे द्वारा दित्ती जानकारी तुहानूं वधिया लगदी है तां वीडियो नूं लाइक कमेंट शेयर भी जरूर कर देना। ते गल्लबात करदे जी अज देश भर दीआं ताज़ा वर्दियां खबरां दी। ते खबरां शुरू करन तों पहले एक वारी नज़र मारदे हां चोणवीआं खबरां ते। पहली चोणवी खबर है जी कि कोविड 19 दुनिया च 1 अरब तो ज़्यादा लोग हो सकते ने गरीब, नवी ताज़ा रिपोर्ट। लगातार 7वें दिन पेट्रोल 59 पैसे और डीजल 58 पैसे प्रति लीटर फिर वध्या। सरकार ने दसे कोरोना के 2 नवे लक्षण, शरीर में अजिहे लक्षण देखने ते टैस्ट जरूरी। अकाली दल नूं मालवा खेते च इक होर वड्डा सियासी झटका लगन दे संकेत। मास्क ना पाउण अते थुकण वाले तों पंजाब सरकार ने वसूले 3.25 करोड़। PNB ਗਾਹਕਾਂ ਲਈ ਖੁਸ਼ਖਬਰੀ, ATM ਕਾਰਡ ਸੰਬੰਧੀ ਸਾਹਮਣੇ ਆਈ ਹੈ ਵੱਡੀ ਖਬਰ। ਕੇਂਦਰ ਸਰਕਾਰ ਨੇ ਤੁਰੰਤ 500 ਰੇਲਵੇ ਕੋਚ ਦਿੱਲੀ ਨੂੰ ਦੇਣ ਦਾ ਫੈਸਲਾ ਲਿਆ ਅਮਿਤ ਸ਼ਾਹ। 30 ਜੂਨ ਦੇ ਬਾਅਦ ਬਦਲ ਜਾਵੇਗਾ ATM ਵਿੱਚੋਂ ਕੈਸ਼ ਕੱਢਣ ਦਾ ਇਹ ਨਿਯਮ। ਤਾਂ ਦੋਸਤੋ ਇਹ ਸੀਗੀਆਂ ਆਪਣੀਆਂ ਦੁਪਹਿਰ ਦੀਆਂ ਚੋਣਵੀਆਂ ਖਬਰਾਂ। ਅਤੇ ਗੱਲਬਾਤ ਕਰਦੇ ਹਾਂ ਜੀ ਪਹਿਲੀ ਵੱਡੀ ਖਬਰ ਦੀ। COVID-19 ਦੁਨੀਆ 'ਚ 1 ਅਰਬ ਤੋਂ ਜ਼ਿਆਦਾ ਲੋਕ ਹੋ ਸਕਦੇ ਨੇ ਗਰੀਬ, ਤਾਜ਼ਾ ਰਿਪੋਰਟ। ਜੀ ਹਾਂ ਦੋਸਤੋ, COVID-19 ਕਰੋਨਾ ਵਾਇਰਸ ਦੇ ਚੱਲਦਿਆਂ ਦੁਨੀਆ ਭਰ ਵਿੱਚ 1 ਅਰਬ ਤੋਂ ਜ਼ਿਆਦਾ ਲੋਕ ਗਰੀਬ ਹੋ ਸਕਦੇ ਨੇ। ਗਰੀਬ ਲੋਕਾਂ ਦੀ ਗਿਣਤੀ 'ਚ ਜੁੜੇ 39.5 ਕਰੋੜ ਲੋਕਾਂ ਤੋਂ ਚੋਂ ਅੱਧੇ ਤੋਂ ਜ਼ਿਆਦਾ ਲੋਕ ਦੱਖਣੀ ਏਸ਼ੀਆ 'ਚ ਹੋਣਗੇ। ਅਤੇ ਇੱਕ ਤਾਜ਼ਾ ਰਿਪੋਰਟ ਵਿੱਚ ਇਹ ਗੱਲ ਕਹੀ ਗਈ ਹੈ ਕਿ ਰਿਪੋਰਟ ਮੁਤਾਬਕ ਦੱਖਣੀ ਏਸ਼ੀਆ ਦੇ ਇਲਾਕੇ 'ਚ ਸਭ ਤੋਂ ਜ਼ਿਆਦਾ ਗਰੀਬੀ ਹੋਵੇਗੀ ਅਤੇ ਇਹ ਦੁਨੀਆ ਦਾ ਸਭ ਤੋਂ ਵੱਡਾ ਖੇਤਰ ਹੋਵੇਗਾ। ਦਰਅਸਲ ਕਿੰਗਸ ਕਾਲਜ ਲੰਡਨ ਅਤੇ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਖੋਜਕਰਤਾ ਨੇ ਇੱਕ ਅਧਿਐਨ ਵਿੱਚ ਇਹ ਜਾਣਕਾਰੀ ਦਿੱਤੀ ਹੈ ਕਿ ਇਹ ਅਧਿਐਨ ਸੰਯੁਕਤ ਰਾਸ਼ਟਰ ਯੂਨੀਵਰਸਿਟੀ ਦੇ ਵਿਸ਼ਵਿਕ ਵਿਕਾਸਮਤਕ ਅਰਥਸ਼ਾਸਤਰ ਖੋਜ ਸੰਸਥਾ ਦੇ ਇੱਕ ਨਵੇਂ ਜਨਰਲ ਵਿੱਚ ਪ੍ਰਕਾਸ਼ਿਤ ਹੋਇਆ। ਅਧਿਐਨ ਮੁਤਾਬਕ ਮੱਧਮ ਵਰਗ ਦੇ ਵਿਕਾਸਸ਼ੀਲ ਦੇਸ਼ਾਂ 'ਚ ਗਰੀਬੀ ਸਭ ਤੋਂ ਜ਼ਿਆਦਾ ਵਧੇਗੀ, ਜਿਸ ਨਾਲ ਵੈਸ਼ਵਿਕ ਪੱਧਰ 'ਤੇ ਗਰੀਬੀ ਵੱਧ ਜਾਵੇਗੀ। ਅਗਲੀ ਵੱਡੀ ਖਬਰ ਜੀ ਕਿ ਲਗਾਤਾਰ 7ਵੇਂ ਦਿਨ ਪੈਟਰੋਲ 59 ਪੈਸੇ ਅਤੇ ਡੀਜ਼ਲ 58 ਪੈਸੇ ਪ੍ਰਤੀ ਲੀਟਰ ਫਿਰ ਵਧਿਆ। ਜਾਂ ਦੋਸਤੋ, ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਸ਼ਨਿਚਰਵਾਰ ਨੂੰ 59 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 58 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ। ਅਤੇ ਕੀਮਤਾਂ ਦੀ ਸਮੀਖਿਆ 82 ਦਿਨਾਂ ਤੱਕ ਮੁਲਤਵੀ ਰੱਖਣ ਤੋਂ ਬਾਅਦ ਲਗਾਤਾਰ 7ਵੇਂ ਦਿਨ ਪੈਟਰੋਲ ਡੀਜ਼ਲ ਮਹਿੰਗਾ ਹੋਇਆ। ਅਤੇ ਉੱਧਰ ਕਾਂਗਰਸ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਸ਼ਨਿਚਰਵਾਰ ਨੂੰ ਦੋਸ਼ ਲਾਇਆ ਕਿ ਸਰਕਾਰ ਲਗਾਤਾਰ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਵਧਾ ਰਹੀ ਹੈ ਕਿਉਂਕਿ ਉਸ ਕੋਲ ਆਮਦਨ ਦਾ ਕੋਈ ਦੂਜਾ ਸਾਧਨ ਨਹੀਂ ਹੈ। ਅਤੇ ਪਾਰਟੀ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਇਹ ਦਾਅਵਾ ਵੀ ਕੀਤਾ ਕਿ ਕੋਰੋਨਾ ਸੰਕਟ ਦੇ ਸਮੇਂ ਵੀ ਭਾਰਤ ਵਿੱਚ ਪੈਟਰੋਲ ਅਤੇ ਟੈਕਸ ਦੁਨੀਆ 'ਚ ਸਭ ਤੋਂ ਵੱਧ 69% ਹੈ ਅਤੇ ਸਰਕਾਰ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਦੇ ਰਹੀ ਹੈ। ਅਗਲੀ ਵੱਡੀ ਖਬਰ ਹੈ ਜੀ ਕਿ ਸਰਕਾਰ ਨੇ ਦੱਸੇ ਕੋਰੋਨਾ ਦੇ 2 ਨਵੇਂ ਲੱਛਣ, ਸਰੀਰ ਵਿੱਚ ਅਜਿਹੇ ਲੱਛਣ ਦੇਖਣ 'ਤੇ ਟੈਸਟ ਜ਼ਰੂਰੀ। ਜਾਂ ਦੋਸਤੋ, ਇੱਕ ਬਹੁਤ ਹੀ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਜੀ ਕਿ ਕੋਰੋਨਾ ਵਾਇਰਸ ਦੇ ਮਾਮਲੇ ਭਾਰਤ ਵਿੱਚ ਬੜੀ ਤੇਜ਼ੀ ਨਾਲ ਵੱਧ ਰਹੇ ਨੇ। ਅਤੇ ਕੋਵਿਡ ਦੇ ਸਭ ਤੋਂ ਜ਼ਿਆਦਾ ਮਾਮਲਿਆਂ ਦੀ ਲਿਸਟ ਵਿੱਚ ਭਾਰਤ ਨੂੰ ਸਭ ਤੋਂ ਬਾਅਦ 4th ਸਥਾਨ 'ਤੇ ਪਹੁੰਚ ਗਿਆ। ਅਤੇ ਇਸ ਦੌਰਾਨ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਸੁੰਘਣ ਅਤੇ ਸਵਾਦ ਦੀ ਪਛਾਣ ਕਰਨ ਦੀ ਸਮਰੱਥਾ ਖੋਹ ਦੇਣਾ ਕੋਰੋਨਾ ਦਾ ਪ੍ਰਮੁੱਖ ਲੱਛਣ ਹੈ। ਮੈਡੀਕਲ ਦੀ ਭਾਸ਼ਾ ਵਿੱਚ ਇਸ ਨੂੰ ਅਨੋਸਮੀਆ ਐਗੀਸੀਆ ਕਿਹਾ ਜਾਂਦਾ ਹੈ। ਸਿਹਤ ਮੰਤਰਾਲੇ ਨੇ ਪਹਿਲਾਂ ਇਹਨਾਂ 2 ਲੱਛਣਾਂ ਨੂੰ ਅਧਿਕਾਰਿਕ ਤੌਰ 'ਤੇ ਕੋਰੋਨਾ ਦੀ ਸੂਚੀ ਵਿੱਚ ਦਰਜ ਨਹੀਂ ਕੀਤਾ ਸੀ। ਕੋਰੋਨਾ ਨੂੰ ਲੈ ਕੇ ਪਿਛਲੇ ਐਤਵਾਰ ਨੂੰ ਹੋਈ ਨੈਸ਼ਨਲ ਟਾਸਕ ਫੋਰਸ ਦੀ ਬੈਠਕ ਵਿੱਚ ਇਸ 'ਤੇ ਚਰਚਾ ਹੋਈ ਅਤੇ ਇਸ ਨੂੰ ਇਹਨਾਂ ਲੱਛਣਾਂ ਨੂੰ ਮੰਨਿਆ ਜਾਵੇ ਜਾਂ ਨਹੀਂ। ਤਾਂ ਦੋਸਤੋ, ਜਿਹੜੇ ਇਹ 2 ਨਵੇਂ ਲੱਛਣ ਆ ਜੀ ਕਿ ਆਪਣੇ ਸੁੰਨ ਅਤੇ ਸੁੰਘਣ ਦੀ ਜਿਹੜੀ ਸਮਰੱਥਾ ਖੋਹ ਦੇਣਾ ਵੀ ਇੱਕ ਕੋਰੋਨਾ ਦਾ ਲੱਛਣ ਹੈ। ਅਤੇ ਜੇ ਤੁਹਾਡੇ ਵਿੱਚ ਇਹ ਲੱਛਣ ਦਿਖਦਾ ਤਾਂ ਤੁਹਾਨੂੰ ਆਪਣੇ ਟੈਸਟ ਜ਼ਰੂਰ ਕਰਾ ਲੈਣਾ ਚਾਹੀਦਾ ਹੈ। ਅਗਲੀ ਵੱਡੀ ਖਬਰ ਜੀ ਕਿ ਅਕਾਲੀ ਦਲ ਨੂੰ ਮਾਲਵਾ ਖਿੱਤੇ 'ਚ ਇੱਕ ਹੋਰ ਵੱਡਾ ਸਿਆਸੀ ਝਟਕਾ ਲੱਗਣ ਦੇ ਸੰਕੇਤ। ਦੋਸਤੋ, ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਤੌਰ 'ਤੇ ਵੱਡੀ ਸੰਨ ਲਾ ਰਹੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਅਕਾਲੀ ਦਲ ਨੂੰ ਇੱਕ ਹੋਰ ਵੱਡਾ ਸਿਆਸੀ ਝਟਕਾ ਦੇਣ ਦੇ ਪੱਕੇ ਸੰਕੇਤ ਮਿਲ ਰਹੇ ਨੇ। ਭਰੋਸੇਯੋਗ ਸੂਤਰਾਂ ਦੀ ਇਤਲਾਹ ਮੁਤਾਬਕ ਵਿਦਿਆਰਥੀ ਜੀਵਨ ਅਕਾਲੀ ਦਲ ਦੀ ਮਜ਼ਬੂਤੀ ਲਈ ਝੰਡਾ ਬੁਲੰਦ ਕਰਨ ਵਾਲੇ ਮੋਗਾ ਜ਼ਿਲ੍ਹੇ ਨਾਲ ਸੰਬੰਧਿਤ ਵੱਡੇ ਕੱਦ ਦੇ ਅਕਾਲੀ ਨੇਤਾ ਨਿਧੜਕ ਸਿੰਘ ਬਰਾੜ ਵੱਲੋਂ ਵੀ ਸਾਥੀਆਂ ਸਮੇਤ ਢੀਂਡਸਾ ਦਾ ਸਾਥ ਦੇਣ ਦਾ ਪੱਕਾ ਮਨ ਬਣਾ ਲਿਆ। ਪਤਾ ਲੱਗਿਆ ਕਿ ਬਰਾੜ ਇਸ ਸੰਬੰਧੀ ਜਲਦ ਹੀ ਕੋਈ ਵੱਡਾ ਫੈਸਲਾ ਲੈ ਸਕਦੇ ਨੇ। ਅਗਲੀ ਵੱਡੀ ਖਬਰ ਹੈ ਜੀ ਕਿ ਮਾਸਕ ਨਾ ਪਾਉਣ ਅਤੇ ਥੁੱਕਣ ਵਾਲੇ ਤੋਂ ਪੰਜਾਬ ਸਰਕਾਰ ਨੇ ਵਸੂਲੇ 3.25 ਕਰੋੜ। ਜੇ ਦੋਸਤੋ, ਕੋਰੋਨਾ ਵਾਇਰਸ ਦੇਸ਼ ਵਿੱਚ ਤੇਜ਼ੀ ਨਾਲ ਪੈਰ ਫੈਲਾ ਰਿਹਾ ਹੈ ਅਤੇ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 3 ਲੱਖ ਤੋਂ ਪਾਰ ਹੋ ਚੁੱਕੀ ਹੈ। ਅਤੇ ਕੇਂਦਰ ਸਰਕਾਰ ਨੇ ਪਿਛਲੇ ਕਈ ਮਹੀਨਿਆਂ ਤੋਂ ਕੋਰੋਨਾ ਖਿਲਾਫ਼ ਬਚਾਅ ਲਈ ਜਾਗਰੂਕਤਾ ਮੁਹਿੰਮ ਚਲਾਈ ਹੈ ਅਤੇ ਕੋਰੋਨਾ ਤੋਂ ਬਚਾਅ ਲਈ ਲੋਕਾਂ ਨੂੰ ਮਾਸਕ ਅਤੇ ਸਮਾਜਿਕ ਦੂਰੀਆਂ ਦੀ ਪਾਲਣਾ ਕਰਨ ਲਈ ਕਿਹਾ ਜਾ ਰਿਹਾ ਹੈ। ਅਤੇ ਜਿਹੜੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਦੇ ਚਲਾਣ ਵੀ ਕੀਤੇ ਜਾ ਰਹੇ ਨੇ। ਤਾਂ ਪੰਜਾਬ ਸਰਕਾਰ ਨੇ ਕੇਂਦਰ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ 'ਤੇ ਜੁਰਮਾਨਾ ਲਗਾਉਣਾ ਵੀ ਸ਼ੁਰੂ ਕਰ ਦਿੱਤਾ ਹੈ।
यह कहा जाता कि पिछले दो महीनों में सरकार ने चलान में 3 करोड़ रुपए की वसूली की है। अगली वड्डी खबर है जी कि PNB गाहकों लई खुशखबरी, ATM कार्ड संबंधी सामने आई ये वड्डी खबर। जो दोस्तों PNB च हाल ही यूनाइटेड बैंक ऑफ इंडिया ते ओरिएंटल बैंक ऑफ कॉमर्स दा रलेवा होया ते इस रलेवे तो बाद देश दे इह दूजे सब तो वड्डे बैंक PNB च कई तरह के सधारण बदलाव होए ने ते PNB दे गाहक चैकबुक पासबुक ते ATM वर्गे कार्डां नूं लैके गल्लां कर रहे सन कि इस च बदलाव होवेगा जां इह जारी रहेगा। बैंक ने ट्वीट राहीं गाहकां दी इस परेशानी नूं दूर कीता है ते PNB ने साफ कर दिता कि किसे गाहक नूं ATM कार्ड बदलना नहीं होवेगा ते पुराने ATM कार्ड भी पहलां दी तरह चलदे रहणगे ते गाहक बगैर किसी होर फीस ते उस दे 13,000 तों ज़्यादा ATM दे इस्तेमाल कर सकणगे। जे किसी गाहक नूं अपनी मोबाइल नंबर या ईमेल ID अपडेट जां रजिस्टर करना होवे तां उह अपने मूल बैंक दी किसी ब्रांच जाके कर सकदे ने। अगली वड्डी खबर जी कि केंद्र सरकार ने तुरंत 500 रेलवे कोच दिल्ली नूं देण दा फैसला लिया अमित शाह। दिल्ली च तेजी नाल वध रहे कोरोना वायरस संबंधी ऐतवार नूं केंद्रीय गृह मंत्री अमित शाह ने गृह मंत्रालय च हाई लैवल मीटिंग कीती। तां बैठक च गृह मंत्री अमित शाह, केंद्रीय सेहत मंत्री डॉक्टर हर्षवर्धन, दिल्ली दे CM केजरीवाल ते LG अनिल बैज आदि शामिल हन। इन्हां आगुआं नाल डिप्टी CM मनीष सिसोदिया, दिल्ली दे सेहत मंत्री सतेंद्र जैन समेत कई वड्डे अधिकारी भी मीटिंग विच मौजूद सन। तो गृह मंत्री अमित शाह ने ट्वीट करके दसाया कि मीटिंग च कोई महत्वपूर्ण फैसले ले गए ने। दिल्ली च कोरोना तो संक्रमित मरीजों लिए बैड की कमी को देखते केंद्र ने मोदी सरकार तो तुरंत 500 रेलवे कोच दिल्ली नूं देण दा फैसला लिया है। अगली वड्डी खबर जी कि 30 जून के बाद बदल जाएगा ATM विचों कैश कढ़न दा ई नियम। दोस्तों लॉकडाउन के ऐलान के बाद सरकार ने ATM ट्रांजैक्शन लिमिट नाल जुड़े नियमों में छूट दी सी। तो जे नाल ही सेविंग अकाउंट में घट तो घट बैलेंस मेनटेन करन तो भी राहत दी सी। सरकार ने दस्या सी कि यह छूट 3 महीने लई होवेगी। तो कोरोना वायरस नूं लैके देश भर में लॉकडाउन के ऐलान के तुरंत बाद वित्त मंत्री निर्मला सीतारमन ने 24 मार्च में दस्या कि ATM चार्ज नूं 3 महीने लई हटाया जा रहा है। तो वित्त मंत्री के इस ऐलान के बाद ATM कार्ड होल्डर नूं यह सहूलत मिली तो किसी भी बैंक ATM तो कैश कढ़वा सकणगे। इस तहत उन्होंने इलावा ट्रांजैक्शन नाल कोई चार्ज नहीं देना होगा। तो छुट्ट 1 अप्रैल, 2 मई, 3 जून महीने की ही सी। तो इस छुट्ट की डेडलाइन हुण खत्म हो रही है। तो वित्त मंत्रालय जां बैंकां वल्लों इस नूं अगे जारी रखने के बारे में कोई भी जानकारी नहीं दी गई है। तो दोस्तों इसी अपने समय दीआं वड्डीआं खबरां साडे वक्त जानकारी तुहानूं किदां दी लगी सानूं कमेंट बॉक्स में कमेंट जरूर करना। असीं हाजर होवांगे तुहाडे लई होर खबरां लैके। हुंदे लई इन्ना ही, धन्नवाद दोस्तों।